ਰੁਜ਼ਗਾਰ ਯੋਗ, ਬੇਰੁਜ਼ਗਾਰੀ, ਟੀ ਟੈਟ ਪਾਸ, ਅਧਿਆਪਕ ਸਾਥੀਓ, ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਥੀਓ, ਅੱਜ ਆਪਾਂ ਲਾਈਵ ਸੰਗਰੂਰ ਤੋਂ ਆਪਣੇ ਕੈਂਪ ਤੋਂ ਹੋ ਰਹੇ ਹਾਂ ਅਤੇ ਤੁਹਾਡੇ ਨਾਲ ਆਪਾਂ ਅੱਜ ਕੁਝ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ। ਸੋ ਸਭ ਤੋਂ ਪਹਿਲਾਂ ਤੁਹਾਨੂੰ ਕੈਂਪ ਦੇ ਵਿੱਚ ਦਿਖਾਉਂਦੇ ਹਾਂ ਕਿ ਆਪਣੇ ਜਿਹੜੇ ਸਾਥੀ ਜਿਹੜੇ ਆਪਣੇ ਨਾਲ ਬੈਠੇ ਆ, ਜਰਨੈਲ ਸਿੰਘ ਨਾਗਰਾ, ਲਵਪ੍ਰੀਤ ਸਿੰਘ ਬਠਿੰਡਾ, ਪ੍ਰੀਤ ਸਿੰਘ ਬਠਿੰਡੇ ਤੋਂ, ਅਤੇ ਨਾਲ ਹੀ ਸਾਥੀ ਆਪਣੇ ਬੈਠੇ ਨੇ ਲਾਡੀ ਜੀ ਬਰਨਾਲਾ ਤੋਂ। ਤਾਂ ਸਾਥੀਓ, ਇਹ ਆਪਣਾ ਕੈਂਪ ਹੈ, ਤਾਂ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਦਾ, ਜਜਾਰੂ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਆਪਾਂ ਲਾਈਵ ਹੋ ਕੇ ਪਹਿਲਾਂ ਖੁੱਲ੍ਹ ਕੇ ਗੱਲ ਨਹੀਂ ਕਰ ਸਕੇ ਸੀ, ਤਾਂ ਅੱਜ ਆਪਾਂ ਸਾਰੀਆਂ ਗੱਲਾਂ ਸਾਂਝੀਆਂ ਕਰਾਂਗੇ। ਸਾਥੀਓ, ਮੈਂ ਤੁਹਾਡਾ ਬਹੁਤ ਹੀ ਦਿਲੋਂ ਧੰਨਵਾਦ ਕਰਦਾ। ਸਾਥੀ, ਸਾਰੇ ਸਾਥੀਆਂ ਭੈਣਾਂ ਅਤੇ ਵੀਰਾਂ ਦਾ ਜਿਨ੍ਹਾਂ ਨੇ ਪਟਿਆਲੇ ਦੇ ਵਿੱਚ 8 ਮਾਰਚ ਨੂੰ ਇੱਕ ਇਸ ਤਰ੍ਹਾਂ ਦੀ ਮਿਸਾਲ ਪੈਦਾ ਕੀਤੀ, ਇੱਕ ਇਸ ਤਰ੍ਹਾਂ ਦਾ ਇਤਿਹਾਸ ਰਚਿਆ ਕਿ ਜਿਹੜਾ ETT ਟੈਟ ਪਾਸ ਜੋ ਸ਼ੁਰੂ ਤੋਂ ਲੈ ਕੇ ਇਤਿਹਾਸ ਬਣਿਆ ਹੋਇਆ ਹੈ, ਉਸ ਇਤਿਹਾਸ ਨੂੰ ਤੁਸੀਂ ਅੱਜ ਵੀ ਜਿਹੜਾ ਉਹ ਬਰਕਰਾਰ ਰੱਖਿਆ। ਸਾਥੀਓ, ਇਹ ਇਕੱਲਾ ਕੋਈ ਅਗਵਾਈ ਕਰਤਾ ਹੀ ਨਹੀਂ ਕੁਝ ਕਰ ਸਕਦਾ, ਤੁਹਾਡੇ ਸਾਰਿਆਂ ਦੇ ਸਾਥ ਨਾਲ ਜਿਹੜਾ ਕਿ ਤੁਸੀਂ ਪੰਜਾਬ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਬੇਰੁਜ਼ਗਾਰਾਂ ਦਾ, ETT ਵਾਲਿਆਂ ਦਾ ਜਿਹੜਾ ਇੱਕ ਇਤਿਹਾਸ ਰਚਿਆ ਹੈ, ਉਹ ਇਕੱਲੇ ਪੰਜਾਬ ਦੇ ਵਿੱਚ ਹੀ ਨਹੀਂ, ਸਾਰੇ ਇੰਡੀਆ ਦੇ ਵਿੱਚ, ਤਾਂ ਫੋਰਨ ਦੇ ਵਿੱਚ ਤੱਕ ਵੀ ਜਿਹੜਾ ਤੁਸੀਂ ਉਹ ਮੈਸੇਜ ਪਹੁੰਚਾਇਆ। ਸਾਥੀਓ, ਤੁਹਾਡੀ ਜਿਹੜੀ ਤੁਹਾਡੀ ਸ਼ਕਤੀ ਹੈ, ਸਰਕਾਰ ਜਿਹੜੀ ਉਹ ਇੱਕ ਧਰਨਿਆਂ 'ਤੇ ਨਹਿਰਾਂ ਦੇ ਛਾਲਾਂ ਮਾਰਨ 'ਤੇ ਅਤੇ ਹੋਰ ਜਿਹੜੇ ਟੀਚਿੰਗ ਲੈਣ ਤੋਂ ਅਲੱਗ ਹੋਰ ਪਾਸੇ ਜਿੱਥੇ ਧਿਆਨ ਨੂੰ ਭਟਕਾਇਆ ਜਾ ਰਿਹਾ ਸਰਕਾਰਾਂ ਦੇ ਵੱਲੋਂ, ਤਾਂ ਸਾਥੀਓ, ਜਿਹੜੀ ਤੁਹਾਡੀ ਪਿਛਲੀ ਜੋ ਕਾਰਗੁਜ਼ਾਰੀ ਰਹੀ ਹੈ, ਤਾਂ ਸਰਕਾਰ ਵੀ ਭਲੀ ਭਾਂਤ ਜਾਣਦੀ ਹੈ ਕਿ ਤੁਸੀਂ ਸਾਰੇ ਸਾਥੀਆਂ ਨੇ, ETT ਵਾਲਿਆਂ ਨੇ ਇਸ ਤਰ੍ਹਾਂ ਦੇ ਜਿਹੜੇ ਇਤਿਹਾਸ ਰਚਿਆ ਹੈ। ਪਹਿਲਾਂ ਗ੍ਰੈਜੂਏਸ਼ਨ ਨੂੰ ਤੁਸੀਂ ਰੱਦ ਕਰਵਾਇਆ, +2 ਵਾਲਿਆਂ ਨੂੰ ਜਿਹੜਾ ਕੰਸੀਡਰ ਕਰਵਾਇਆ, ਤਾਂ ਉਸ ਤੋਂ ਬਾਅਦ ਲਗਾਤਾਰ ਹੀ ਆਪਣੇ ਜਿਹੜੇ ਆ ਉਹ ਪ੍ਰੋਟੈਸਟ ਜਿਹੜੇ ਆ ਜਾਰੀ ਨੇ, ਜੋ ਆਪਣੇ ਉੱਪਰ ਨਵੀਆਂ ਤੋਂ ਨਵੀਆਂ ਕੰਡੀਸ਼ਨਾਂ ਲਾਗੂ ਕਰਕੇ ਸਰਕਾਰ ਆਪਾਂ ਨੂੰ ਰੁਜ਼ਗਾਰ ਦੇਣ ਤੋਂ ਬਾਹਰ ਕਰ ਰਹੀ ਹੈ। ਤਾਂ ਤੁਸੀਂ ਆਪਦੀ ਹੱਕੀ ਮੰਗਾਂ ਲਈ ਸਾਰੇ ਹੀ ਅੱਗੇ ਵਧੇ ਹੋ। ਦੇਖੋ, ਗੱਲ ਜ਼ਿਆਦਾ ਇਕੱਠ ਦੀ ਨਹੀਂ ਕਰਾਂਗੇ, ਕਿਉਂਕਿ ਇਕੱਠ ਦਾ ਇੱਕ ਅਹਿਮੀਅਤ ਰੱਖਦਾ ਜ਼ਰੂਰ, ਇੱਕ ਭੀੜ ਹੁੰਦੀ ਹੈ ਤਾਂ ਇੱਕ ਲੜਨ ਵਾਲੇ ਜਵਾਨ ਹੁੰਦੇ ਹੈ, ਕਿਉਂਕਿ ਭੀੜ ਇੱਕ ਅਲੱਗ ਚੀਜ਼ ਹੁੰਦੀ ਹੈ,
ਪਰ ਲੜਨ ਵਾਲੇ ਸਾਥੀ ਜਿਹੜੇ ਜੰਗ ਦੇ ਮੈਦਾਨ ਵਿੱਚ ਕੁਝ ਹੁੰਦੇ ਨੇ ਉਹਨਾਂ ਦੇ ਵਿੱਚੋਂ ਤੁਸੀਂ ਸਾਥੀ ਜਿਹੜੇ ਉਹ ਸ਼ਾਮਲ ਹੋ, ਕਿਉਂਕਿ ਤੁਸੀਂ ਪਟਿਆਲੇ ਦੇ ਵਿੱਚ ਜਿਸ ਤਰ੍ਹਾਂ ਕਰ ਵਿਖਾਇਆ ਉਸ ਨੂੰ ਸਲਾਮ ਹੈ। ਤਾਂ ਸਾਥੀਓ, ਆਪਣੇ ਬਹੁਤ ਸਾਰੇ ਸਾਥੀਆਂ ਨੂੰ ਜਿਹੜਾ ਪਟਿਆਲੇ ਦੇ ਵਿੱਚ ਬੇਰਹਿਮੀ ਦੇ ਨਾਲ ਪੁਲਿਸ ਵੱਲੋਂ ਜਿਹੜਾ ਕੁੱਟਿਆ ਗਿਆ, ਸਾਡੀਆਂ ਭੈਣਾਂ ਦੇ ਉੱਪਰ ਲਾਠੀਆਂ ਵਰਾਈਆਂ ਗਈਆਂ ਮਹਿਲਾ ਦਿਵਸ ਵਾਲੇ ਦਿਨ, ਤਾਂ ਬੜੀ ਸ਼ਰਮ ਵਾਲੀ ਗੱਲ ਹੈ। ਤਾਂ ਸਾਥੀਓ, ਆਪਾਂ ਮੈਦਾਨ ਦੇ ਵਿੱਚ ਅਜੇ ਵੀ ਡਟੇ ਹੋਏ ਹਾਂ, ਕਿਉਂਕਿ ਆਪਣੀਆਂ ਜਿਹੜੀਆਂ ਮੰਗਾਂ ਨੇ ਬਿਲਕੁਲ ਜਾਇਜ਼ ਨੇ। ਜਦੋਂ ਰੂਲ ਬਣੇ ਕਿ 1 ਅਪ੍ਰੈਲ 2022 ਤੱਕ ਜੋ ਪਿਛਲੇ ਰੂਲ ਹੋਣਗੇ, ਪੁਰਾਣੇ ਜੋ ਰੂਲ ਲਾਗੂ ਉਹੋ ਹੀ ਜਿਹੜੇ ਆ ਨਵੀਂ ਭਰਤੀ ਦੇ ਜਿਹੜੇ ਹੋਣਗੇ, ਤਾਂ ਸਾਡੇ ਉੱਪਰ ਨਜਾਇਜ਼ ਕਿਉਂ ਦੁਬਾਰਾ ਨਵੀਆਂ ਕੰਡੀਸ਼ਨਾਂ ਸੈਂਗੇ ਟੈਸਟ, ਗ੍ਰੈਜੂਏਸ਼ਨ 'ਚ 50% ਜਾਂ ਹੋਰ ਕੰਡੀਸ਼ਨਾਂ ਜਿਹੜੀਆਂ ਸਾਡੇ ਉੱਪਰ ਕਿਉਂ ਲਾਗੂ ਕੀਤੀਆਂ ਜਾ ਰਹੀਆਂ ਨੇ। ਤਾਂ ਸਾਥੀਓ, ਇੱਕ ਪਾਸੇ ਆਪਾਂ ਇਹ ਵੀ ਦੇਖੀਏ, ਕਿਸੇ ਤਰ੍ਹਾਂ ਦੀ ਤੁਹਾਨੂੰ ਮਿਊਸ ਹੋਣ ਦੀ ਲੋੜ ਨਹੀਂ, ਕਿਉਂਕਿ ਇੱਕ ਸਰਕਾਰ ਦਾ ਸਮਾਂ ਹੁੰਦਾ ਹੈ ਕਿ ਜਦੋਂ ਇਲੈਕਸ਼ਨ ਨੇੜੇ ਹੁੰਦਾ ਹੈ ਤਾਂ ਸਰਕਾਰ ਜਿਹੜੀ ਹੈ ਥੋੜ੍ਹੇ ਬਹੁਤੇ ਪ੍ਰੋਟੈਸਟ ਕਰਨ 'ਤੇ ਬੇਰੁਜ਼ਗਾਰਾਂ ਵੱਲੋਂ ਉਹਨਾਂ ਨੂੰ ਰੁਜ਼ਗਾਰ ਦੇ ਦਿੱਤਾ ਜਾਂਦਾ ਹੈ। ਪਰੰਤੂ ਸਾਥੀਓ, ਇੱਕ ਗੱਲ ਇਸ ਵੇਲੇ ਧਿਆਨ ਜ਼ਰੂਰ ਦੇਣਾ ਕਿ ਆਪਣਾ ਪ੍ਰੋਟੈਸਟ ਜ਼ਰੂਰ 2.5 ਸਾਲ ਹੋ ਚੱਲੇ ਨੇ, 3 ਸਾਲ ਹੋ ਚੱਲੇ ਨੇ ਜਿਹੜਾ ਉਹ ਆਪਾਂ ਰੈਗੂਲਰ ਸੰਘਰਸ਼ ਕਰ ਰਹੇ ਹਾਂ, ਤਾਂ ਹਜੇ ਸਰਕਾਰ ਨੂੰ ਸਿਰਫ 3 ਸਾਲ ਹੀ ਹੋਏ ਨੇ, ਹਜੇ 2 ਸਾਲ ਜਿਹੜੇ ਸਰਕਾਰ ਦੇ ਬਾਕੀ ਬਚੇ ਹੋਏ ਨੇ। ਪਰੰਤੂ ਫਿਰ ਵੀ ਆਪਾਂ 2 ਸਾਲ ਸਰਕਾਰ ਦੇ ਹਜੇ ਜਿਹੜੇ ਆ ਇਲੈਕਸ਼ਨ ਦੇ ਜਿਹੜੇ ਪਏ ਆ ਉਸ ਤੋਂ ਪਹਿਲਾਂ ਅੱਧ ਦੇ ਵਿੱਚ ਹੀ ਆਪਾਂ ਸਰਕਾਰ ਕੋਲੋਂ ਸੰਘਰਸ਼ ਕਰਕੇ ਨੌਕਰੀ ਲੈ ਰਹੇ ਹਾਂ। ਇਹ ਆਪਣੀ ਬੜੀ ਵੱਡੀ ਜਿੱਤ ਹੈ, ਕਿਉਂਕਿ ਸਾਰਾ ਪੰਜਾਬ ਹੀ ਜਾਣਦਾ ਹੈ ਕਿ ਸਰਕਾਰਾਂ ਦਾ ਜੋ ਰਵੱਈਆ ਹੁੰਦਾ ਹੈ ਕਿ ਪੜ੍ਹੇ ਲਿਖੇ ਲੋਕ ਜਾਂ ਆਮ ਨਾਗਰਿਕ ਜਿਹੜੇ ਪੰਜਾਬ ਦੇ ਵਿੱਚ, ਪੰਜਾਬ ਦੀ ਆਪਾਂ ਗੱਲ ਕਰਾਂਗੇ, ਜੋ ਪੰਜਾਬ ਦੀ ਸਰਕਾਰਾਂ ਕਰਦੀਆਂ ਨੇ, ਕਿਉਂਕਿ ਜਾਂ ਸਾਲ ਜਾਂ 6 ਮਹੀਨੇ ਜਦੋਂ ਪਏ ਹੁੰਦੇ ਨੇ ਉਦੋਂ ਹੀ ਨਵੀਆਂ ਪੋਸਟਾਂ ਨਵੇਂ ਸਾਰੇ ਡਿਪਾਰਟਮੈਂਟਾਂ ਦੇ ਵਿੱਚ, ਇਸ ਕਰਕੇ ਰਿਕਰੂਟਮੈਂਟ ਕੱਢਦੀਆਂ ਨੇ, ਪੋਸਟਾਂ ਕੱਢਦੇ ਆ ਕਿ ਇਹਨਾਂ ਨੂੰ ਯਾਦ ਰਹੇ ਕਿ ਇਸ ਸਰਕਾਰ ਨੇ ਪੋਸਟਾਂ ਕੱਢੀਆਂ ਨੇ ਤਾਂ ਉਹ ਸਾਨੂੰ ਵੋਟਾਂ ਪਾਉਣਗੇ। ਤਾਂ ਸਾਥੀਓ, ਇਹ ਆਪਣੀ ਬੜੀ ਵੱਡੀ ਜਿੱਤ ਹੋਣੀ ਹੈ, ਕਿਉਂਕਿ ਇੱਕ ਸਰਕਾਰ ਦੇ ਅੱਧ ਵਿਚਾਲੇ ਆਪਾਂ ਜਿਹੜੀਆਂ ਸਰਕਾਰ ਕੋਲੋਂ ਪੋਸਟਾਂ ਲੈਣ ਜਾ ਰਹੇ ਹਾਂ, ਕਿਉਂਕਿ ਇੱਥੇ ਇਹ ਜਿੱਤ ਜਿਹੜੀ ਆ ਉਹ ਆਪਣੀ ਨਿਸ਼ਚਿਤ ਹੈ, ਜਿੱਤ ਜ਼ਰੂਰ ਹੋਊਗੀ। ਜਿਹੜੇ ਜੰਗ ਦੇ ਮੈਦਾਨ ਵਿੱਚ ਨਿਤਰਦੇ ਨੇ ਹਮੇਸ਼ਾ ਵਾਸਤੇ ਇੱਕ ਇਤਿਹਾਸ ਰਚਿਆ ਜਾਂਦਾ ਹੈ। ਤਾਂ ਸਾਥੀਓ, ਜਿਵੇਂ ਜਿਵੇਂ ਤੁਸੀਂ ਜੌਬ ਦੇ ਵਿੱਚ ਹੋਊਗੇ ਤਾਂ ਤੁਸੀਂ ਵੀ ਇੱਕ ਇਸ ਤਰ੍ਹਾਂ ਦਾ ਸਕੂਨ ਲਓਗੇ, ਇੱਕ ਇਸ ਤਰ੍ਹਾਂ ਦਾ ਲੋਕਾਂ ਦੇ ਅੱਗੇ ਆਪਦਾ ਇਤਿਹਾਸ ਰੱਖੋਗੇ ਕਿ ਅਸੀਂ ਵੀ ਸੰਘਰਸ਼ ਲੜ ਕੇ ਜਿਹੜੀ ਹੈ ਨੌਕਰੀ ਲਈ ਹੈ, ਕਿਉਂਕਿ ਕੁਝ ਲੋਕ ਕਹਿੰਦੇ ਨੇ ਕਿ ਅਸੀਂ ਤਾਂ ਸਿੱਧਾ ਜਾ ਕੇ ਭਰਤੀ ਹੋ ਗਏ ਹਾਂ, ਸੰਘਰਸ਼ ਕਰਨ ਦੀ ਲੋੜ ਕੀ ਹੈ। ਪਰੰਤੂ ਇਤਿਹਾਸ ਹੈ
इतिहास पिछे भी गवाह है कि बहुत सारे साथियों ने मरण वरते बैठ के टैंकिया के उपर चढ़ के तो जॉब ली है। तो आप भी जेकर सरकार घर बैठे ही जॉब दिंदी तो की जरूरत सी आप भी टैंकिया से चढ़न की, की लोड़ सी नहर च छाला मारन की। ये अपने अगे बहुत ही वड्डी जिहड़ी है चुनौती खड़ी हो जाती है। सरकार बेरोजगारां नूं पढ़े लिखियां नूं रुजगार देण दे हक दे विच ही नहीं, जदकि सरकारी जिहड़े अदारे ने अते सिक्ख्या नीति नूं सिक्ख्या अदारियां नूं टाल आ रही है। सरकारी अदारियां नूं खत्म करके प्राइवेट अदारियां दे विच जिहड़ी अहमियत ज़्यादा दिती जा रही है। गल करिए स्मार्ट स्कूलों की, जो कल ही असी पटियाले दे विच एक देखिया कि बाहर एक बैनर लगाया होया सीगा गेट दे बाहर कि स्मार्ट स्कूल, जब उस बिल्डिंग दे वल देखिया गया तो बैक साइड ते जिहड़े सारे रूम जिहड़े कमरे सीगे डिगे हुए सी। तां इह है सरकार दा जिहड़ा कि स्मार्ट स्कूल अफवाह वाले। तो साथियों आपां देखते हाँ कि 16 तरीक नूं सरकार अपने लिए की कुछ लैके आउंदी है, परंतु एक गल तुहानूं सारे साथियों नूं दस दें कि जिहड़ी ये जंग आपां शुरू कीती होई है इत्थों इदां नहीं उठन वाले, क्योंकि सरकार नूं भी असी एक पासे रख के आदे जिहड़े संघर्ष नूं एक पासे रख के ये शुरुआत की सी कि जित जिहड़ी आ असी जरूर हासिल करांगे, क्योंकि सरकार ने साडे नाल वादे किए है, घर घर नौकरी दे वादे किए है। तो असी इस सरकार नूं इदां भज्जन नहीं देंगे। तो साथियों इस जंग दे विच इस संघर्ष दे विच जिहड़े साथी घर बैठे जिहड़ा एक दिन भी नहीं आया संघर्ष दे विच, वो इस गल नूं जरूर महसूस करूगा कि मैं अज किसे होर दे संघर्ष कीते दे उत्ते अज मैं जिहड़ी आ नौकरी जिहड़ी वो लै रहा। वो किसे दे आधे रिश्तेदार नूं आधे परिवार नूं आधे बच्चों नूं कदे भी नहीं कह पाऊ पाऊगा कि मैं इस संघर्ष का एक हिस्सा बनिया सी। तां साथियो एक गल मैं होर कहना चाहना कि जेकर 16 तरीक नूं सरकार अपना कोई हल नहीं करती तां अगली जिहड़ी ओह रणनीति आपां बड़ी वड्डे पद्धर ते तैयार कर रहे हां, तां तुहाडे साथ दी जरूरत है। जिस तरह तुसीं 8 मार्च नूं पटियाले दे विच कुद्दे सी उस तरीके एक आपां ऐसी रणनीति बनावांगे कि सरकार अपने आप रुजगार देण लई आपां नूं अनाउंस करेगी। तां इह तुहाडी बदौलत होणा है साथियो। सो कुछ गल्लां मैं तुहाडे नाल होर सांझियां करना चाहुंना, क्योंकि नौकरी जिहड़ी एक अलग चीज़ है, रुजगार की सब नूं जरूरत है, पर जथेबंदी दे विच कुछ रूल हुंदे ने, क्योंकि वो जथेबंदी कादी जेकर किसे दी जान नूं खतरे विच पा के जां किसे दी जान नूं जान लै के किसे नूं मरवा के तां नौकरी हासिल करनी कोई चंगी गल नहीं जथेबंदी लई। तां साथियो
ਜਿਹੜੀਆਂ ਗੱਲਾਂ ਜੋ ਪਿੱਛੇ ਵਾਪਰ ਗਿਆ ਜੋ ਕੁਛ ਹੋ ਗਿਆ ਠੀਕ ਹੈ, ਪਰੰਤੂ ਆਤਮ ਹੱਤਿਆ ਕਰਨਾ ਵੀ ਠੀਕ ਨਹੀਂ ਗਾ। ਜਦੋਂ ਆਪਾਂ ਆਪਦਾ ਸੰਘਰਸ਼ ਵਿੱਢਿਆ ਹੋਇਆ ਹੈ ਤਾਂ ਜਦੋਂ ਨੰਗੇ ਚਿੱਟੇ ਹੋ ਕੇ ਸਰਕਾਰ ਦੇ ਨਾਲ ਆਪਾਂ ਆਪਦੇ ਰੁਜ਼ਗਾਰ ਦੇ ਲਈ ਲੜ ਰਹੇ ਹਾਂ ਤਾਂ ਆਪਾਂ ਨੂੰ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ, ਕਿਉਂਕਿ ਜਿਹੜੇ ਯੋਧੇ ਨੇ ਉਹ ਸਿੱਧਾ ਹਿੱਕ 'ਚ ਵੱਜਦੇ ਨੇ, ਬੋਝ ਦਿਲੀ ਨਹੀਂ ਦਿਖਾਉਂਦੇ। ਮੈਂ ਉਸ ਸਾਥੀ ਨੂੰ ਸਲੂਟ ਕਰਦਾ ਜਿਹਨੇ ਆਪਦੀ ਜਾਨ ਨੂੰ ਜੋਖਮ 'ਚ ਪਾ ਕੇ ਨਹਿਰ ਦੇ ਵਿੱਚ ਛਾਲਾਂ ਮਾਰੀਆਂ। ਅਸੀਂ ਉਸ ਦਾ ਸਾਥੀ ਦਾ ਕਦੇ ਵੀ ਦੇਣਾ ਨਹੀਂ ਦੇ ਸਕਦੇ, ਪਰੰਤੂ ਸਾਥੀਓ ਆਪਾਂ ਜੰਗ ਜ਼ਰੂਰ ਜਿੱਤਾਂਗੇ ਪਰੰਤੂ ਮਰ ਕੇ ਨਹੀਂ, ਹਿੱਕ 'ਚ ਵੱਜ ਕੇ, ਕਿਉਂਕਿ ਨੌਜਵਾਨ ਜਿਹੜਾ ਯੂਥ ਹੈ ਉਹ ਹਮੇਸ਼ਾ ਆਪਦੇ ਹੱਕਾਂ ਦੀ ਖਾਤਰ ਜਿਹੜਾ ਲੜਦਾ ਰਿਹਾ। ਸ਼ਹੀਦ ਭਗਤ ਸਿੰਘ ਵਰਗੇ ਉਹਨਾਂ ਨੇ ਅਸੈਂਬਲੀ 'ਚ ਬੰਬ ਸੁੱਟਿਆ ਸੀ, ਨਿਡਰ ਸਨ, ਸਿੱਧਾ ਜਾ ਕੇ ਅਸੈਂਬਲੀ ਦੇ ਵਿੱਚ ਉਹਨਾਂ ਨੇ ਬੰਬ ਸੁੱਟਿਆ ਸੀ, ਕੋਈ ਉਹਨਾਂ ਨੇ ਬਜ਼ਦੂਲੀ ਨਹੀਂ ਦਿਖਾਈ ਸੀ। ਇਸ ਲਈ ਆਪਾਂ ਸਾਥੀਓ ਲੜਾਂਗੇ ਸਰਕਾਰ ਦੇ ਨਾਲ ਜਿੰਨੀ ਦੇਰ ਤੱਕ ਆਪਣੀਆਂ ਜਿਹੜੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ, ਪਰੰਤੂ ਬੁਝਦਿਲੀ ਨਹੀਂ ਦਿਖਾਵਾਂਗੇ, ਆਤਮ ਹੱਤਿਆ ਨਹੀਂ ਕਰਾਂਗੇ, ਹਿੱਕ ਦੇ ਵਿੱਚ ਜਾ ਕੇ ਵੱਜਾਂਗੇ। ਤਾਂ ਸਾਰੇ ਸਾਥੀਆਂ ਦੀ ਸਾਥ ਦੀ ਜ਼ਰੂਰਤ ਹੈ। ਜੇਕਰ 16 ਤਰੀਕ ਨੂੰ ਆਪਣਾ ਕੋਈ ਹੱਲ ਨਹੀਂ ਹੁੰਦਾ ਤਾਂ ਸਾਰੇ ਸਾਥੀ ਜਿਵੇਂ 8 ਤਰੀਕ ਨੂੰ ਪਟਿਆਲੇ ਦੇ ਵਿੱਚ ਪਹੁੰਚੇ ਹੋ ਉਸੇ ਤਰੀਕੇ ਦੇ ਨਾਲ ਹੀ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਯੂਨੀਅਨ ਦਾ ਸਾਥ ਦੇਣਾ ਹੈ ਤਾਂ ਜੋ ਆਪਣੇ ਉੱਪਰ ਜਿਹੜੀਆਂ ਕੰਡੀਸ਼ਨਾਂ ਲਾਗੂ ਕੀਤੀਆਂ ਹੋਈਆਂ ਨੇ, ਆਪਾਂ ਨੂੰ ਰੁਜ਼ਗਾਰ ਦੇਣ ਤੋਂ ਬਾਹਰ ਕਰ ਰਹੀ ਹੈ ਸਰਕਾਰ, ਉਹਨਾਂ ਕੰਡੀਸ਼ਨਾਂ ਨੂੰ ਜਿਹੜਾ ਉਹ ਰੱਦ ਕਰਵਾਇਆ ਜਾਵੇ ਤਾਂ 1664 ਪੋਸਟਾਂ ਨੂੰ ਜਿਹੜਾ ਹੈ ਉਸ ਦੇ ਵਿੱਚ ਵਾਧਾ ਕੀਤਾ ਜਾਵੇ। ਸੋ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ। ਆਪਣਾ ਜਿਹੜਾ ਸੰਘਰਸ਼ ਹੈ, ਆਪਣਾ ਜਿਹੜਾ ਕੈਂਪ ਹੈ ਉਹ ਇੱਥੇ ਚੱਲ ਰਿਹਾ ਹੈ ਸੰਗਰੂਰ ਦੇ ਵਿੱਚ, ਤਾਂ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣੋ, ਇਸ ਕੈਂਪ ਦੇ ਵਿੱਚ ਪਹੁੰਚੋ ਤਾਂ ਜੋ ਸੰਘਰਸ਼ ਨੂੰ ਬਰਕਰਾਰ ਰੱਖਿਆ ਜਾਵੇ। ਤਾਂ ਇੱਕ ਗੱਲ ਹੋਰ ਸਾਥੀਓ, ਕੁਝ ਸਾਥੀਆਂ ਨੇ ਸੈਂਕਲ ਟੈਸਟ ਦੀ ਜਿਹੜੀ ਆ ਚੁਆਇਸ ਕੀਤੀ ਹੋਈ ਹੈ ਵੀ ਅਸੀਂ ਸੈਂਕਲ ਟੈਸਟ ਜਿਹੜਾ ਹਰ ਹਾਲਤ ਵਿੱਚ ਦੇ ਕੇ ਰਹਾਂਗੇ, ਪਰੰਤੂ ਸਾਥੀਓ ਜੋ ਸਿਲੇਬਸ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਪਾਇਆ ਜਾ ਰਿਹਾ ਹੈ, ਤੁਸੀਂ ਜੋ ਪਿਛਲੀਆਂ ਤਿਆਰੀਆਂ ਕੀਤੀਆਂ ਨੇ ਉਸ ਤਿਆਰੀ ਤੋਂ ਹਟ ਕੇ ਉਹ ਸਿਲੇਬਸ ਜਿਹੜਾ ਪਾਇਆ ਹੋਇਆ, ਕਿਉਂਕਿ ਤੁਹਾਨੂੰ ਅੱਜ ਫਿਰ ਜ਼ੀਰੋ ਤੋਂ ਜਿਹੜਾ ਸਟਾਰਟ ਕਰਨਾ ਪਊਗਾ। ਸੋ ਸਾਥੀਓ ਜੋ ਪਿਛਲੇ ਟੈਸਟ ਹੋਏ ਨੇ ਸਰਕਾਰਾਂ ਨੂੰ ਉਸ ਟੈਸਟ 'ਤੇ ਯਕੀਨ ਨਹੀਂ, ਤਾਂ ਹੁਣ ਜਿਹੜਾ ਕੋਈ ਹੋਰ 100 ਨੰਬਰ ਦਾ ਟੈਸਟ ਲੈਣ ਜਾ ਰਹੀ ਹੈ ਉਸ 'ਤੇ ਜ਼ਿਆਦਾ ਯਕੀਨ ਹੋਊਗਾ। ਤਾਂ ਸਾਥੀਓ ਤੁਸੀਂ ਸਾਰਿਆਂ ਨੇ ਅਕੈਡਮੀਆਂ ਦੇ ਵਿੱਚ ਜਾ ਕੇ ਦਿਨ ਰਾਤ ਕਰਕੇ ਤੁਸੀਂ ਤਿਆਰੀ ਕੀਤੀ, ਸਾਡੀਆਂ ਭੈਣਾਂ ਨੇ ਘਰਾਂ ਦੇ ਵਿੱਚ ਬੈਠ ਕੇ, ਜੇਕਰ ਮਾਤਾ ਉਹਨਾਂ ਦੀ ਮੰਮੀ ਕੰਮ ਲਈ ਕਹਿੰਦੀ ਤਾਂ ਫਿਰ ਵੀ ਕਹਿਣਾ ਕਿ ਮੈਂ ਤਿਆਰੀ ਕਰਨੀ ਹੈ ਪੇਪਰ ਦੀ, ਤਾਂ ਕਿਸ ਤਰ੍ਹਾਂ ਆਪਾਂ ਆਪਦੇ ਮਾਤਾ ਪਿਤਾ ਨੂੰ ਆਪਦੇ ਵੰਡੇ ਦੇ ਕੰਮ ਵੀ ਉਹਨਾਂ ਕੋਲੋਂ ਲੈ ਤਿਆਰੀ ਕੀਤੀ ਤਾਂ ਪੇਪਰ ਜਿਹੜਾ ਹੈ ਉਹ ਕਲੀਅਰ ਕੀਤਾ, ਤਾਂ ਅੱਜ ਤੁਸੀਂ ਦੁਬਾਰਾ ਫਿਰ ਟੈਸਟ ਦੇਣ ਲਈ ਤਿਆਰ ਬੈਠੇ ਹੋ। ਮੈਂ ਉਹਨਾਂ ਸਾਥੀਆਂ ਦੀ ਗੱਲ ਕਰ ਰਿਹਾ ਜਿਹੜੇ ਦੁਬਾਰਾ ਟੈਸਟ ਦੇਣ ਦੀ ਚੁਆਇਸ 'ਚ ਦੇ ਵਿੱਚ ਨੇ। ਤਾਂ ਸਾਥੀਓ
सारे साथी एकता बनाई रखो, जित जरूर होगी। तो सारे साथियों का धन्यवाद। मैं तुहाडे नाल इहो ही गल सांझी करना चाहुंदा सी कि किसे तरह म्यूस नहीं होना, डटे हुए हैं मैदान दे विच। तो 16 तरीक के रिजल्ट नूं उड़ीकदे हां कि मुख्यमंत्री साहब अपने लिए की कुछ लैके आउंदे ने। तो साथियो, जेकर 16 तरीक नूं अपनियां मंगां दा हल नहीं हुंदा तां सारे साथी तुहानूं एक तरीक जिहड़ी अनाउंस कीती जाऊगी, बसां भर के पूरी फैमिली दे पेरेंट्स नूं माता पिता नूं नाल लै के दस्से हुए स्थान ते जरूर पहुँचना। सो सारे साथियों का धन्यवाद। वाहिगुरू जी का खालसा, वाहिगुरू जी की फतेह। जित लड़दे लोकां दी। धन्यवाद साथियों।